ਠੀਕ ਕਿੱਦਾਂ ਸਾਰੇ ਤਾਂ ਮੈਂ ਤੁਹਾਡਾ ਪਿਆਰਾ ਸੁਣਦੇ ਪਾਲ ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਅਸੀਂ ਖੇਤ ਆਏ ਸੀ ਅਤੇ ਸ਼ਾਮ ਨੂੰ ਮੈਂ ਜੀਪ ਚਲਾਉਣ ਲੱਗਿਆ ਅਤੇ ਜੀਪ ਥੋੜ੍ਹੀ ਜਿਹੀ ਡੈਮੇਜ ਹੈ ਜੀ ਜਿਹਦੇ ਕਰਕੇ ਉਹ ਗਿੱਲੀ ਮਿੱਟੀ 'ਚ ਫਸ ਗਈ ਅਤੇ ਉਹਦਾ 4x4 ਗੇੜ ਵੀ ਖਰਾਬ ਹੈ ਅਤੇ ਹੁਣ ਅਤੇ ਜੀ ਜਿਹਦੇ ਕਰਕੇ ਇੱਥੇ ਖਲੋੜੀ ਉਹ ਗੱਡੀ 'ਚ ਮੇਰਾ ਚਾਚਾ ਬੈਠਾ ਚਲੋ ਚਾਚੇ ਤੋਂ ਪੁੱਛਦੇ ਆ ਕੀ ਹੋਇਆ ਆ ਜਾਓ ਗੱਡੀ ਦਾ 4x4 ਗੇਅਰ ਖਰਾਬ ਕਰਕੇ ਗੱਡੀ ਖੁੱਭ ਗਈ ਚੱਕਰ ਚ ਪਰ ਮੈਂ ਥੋੜੇ ਕੀਤਾ ਸੀ ਚਲੋ ਖਰਾਬ ਹੋਇਆ ਹੈ ਪਵਾਉਣਾ ਇਹ ਪਪਾ ਜੀ ਦਾ ਖਰਾਬ ਹੋਇਆ ਤੇ ਇਸ ਵਾਰੀ ਚਾਚਾ ਚ ਇਹ ਹਮੇਸ਼ਾ ਕਿਹਾ ਕਿ ਅਗਲੇ ਝੋਨੇ ਚ ਪਾਵਾਂਗੇ ਤੇ ਇਸ ਵਾਰ ਮੈਂ ਜਿੱਦ ਪਾਈ ਰੱਖੀ ਕਿ ਇਸ ਵਾਰ ਅਸੀਂ ਨਵਾਂ ਪਾਵਾਂਗੀ ਤੇ ਬਾਕੀ ਅਸੀਂ ਤਾਂ ਤੁਹਾਨੂੰ ਸਾਡਾ ਖੇਤ ਮੀਨਸ ਮੇਨਲੀ ਸਭ ਤੋਂ ਜ਼ਿਆਦਾ ਵੀਡੀਓ ਆਏ ਲਈ ਖੇਤ 'ਚ ਹੀ ਹੈ ਤੁਸੀਂ ਇਹ ਸਮਝ ਲਓ ਕਿ ਇਹ ਸਾਡਾ ਮੇਨ ਖੇਤ ਹੈ ਬਾਕੀ ਮੈਂ ਇੱਕ ਵਾਰ ਫਿਰ ਵਿਖਾ ਦਿੰਦਾ ਗਾਈਸ ਤੇ ਅਸੀਂ ਹੁਣ ਤਾਂ ਤੁਹਾਨੂੰ ਸਾਡਾ ਝੋਨਾ ਵੀ ਵਿਖਾਉਂਦੇ ਕਿਹੋ ਜਿਹਾ ਹੈ ਆਓ ਜੀ ਜੀ ਇਹ ਵੇਖੋ ਸਾਡਾ ਝੋਨਾ ਤੇ ਹੁਣ ਅਸੀਂ ਜੀਪ ਦੇ ਵਿੱਚ ਬੈਠੇ ਚੱਲੇ ਹਾਂ ਗਰਮੀ 'ਚ ਤੇ ਚਲੋ ਜੀ ਜੀਪ ਦੇ ਕੋਲ ਜਾਂਦੇ ਹਾਂ ਬਾਕੀ ਪਾਪਾ ਹੁਣ ਆਉਣਗੇ ਤਾਂ ਕੁਛ ਕਰਨਗੇ ਉਹਦੇ ਤੱਕ ਅਸੀਂ ਇੱਥੇ ਵੇਟ ਹੀ ਕਰਾਂਗੇ ਚਲੋ ਜੀ ਜੀਪ 'ਚ ਬਹੀਏ